ਗਿੱਲ ਰੋਡ ਸਥਿਤ ਸਾਈਕਲ ਮਾਰਕੀਟ ਨੇੜੇ ਸਥਿਤ ਆਹੂਜਾ ਇੰਟਰਪ੍ਰਾਈਜ਼ਸ ਨਾਂ ਦੀ ਫੈਕਟਰੀ ਵਿੱਚ ਸ਼ੁੱਕਰਵਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਘਟਨਾ ਸਥਾਨ 'ਤੇ ਇਲਾਕੇ ਦੇ ਵਿਧਾਇਕ ਸੁਰਿੰਦਰ ਡਾਵਰ ਵੀ ਪਹੁੰਚੇ। ਇਲਾਕਾ ਵਾਸੀਆਂ ਨੇ ਦੱਸਿਆ ਕਿ ਅੱਗ ਸਵੇਰੇ 11 ਵਜੇ ਦੇ ਕਰੀਬ ਲੱਗੀ ਹੈ ਅਤੇ ਅੱਗ ਵੇਖਦਿਆਂ ਹੀ ਤੁਰੰਤ ਅੱਗ ਬੁਝਾਊ ਅਮਲੇ ਅਤੇ ਬਿਜਲੀ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਗਿੱਲ ਰੋਡ ਦੇ ਉੱਤੇ ਸੈਂਟਰਲ ਮਾਰਕੀਟ ਆਹੂਜਾ ਐਂਟਰਪ੍ਰਾਈਜ਼ ਦੇ ਅੱਗ ਲੱਗੀ ਸੀ। 11:15 ਸਾਨੂੰ ਟੈਲੀਫੋਨ ਆਇਆ ਸੀਗਾ, ਅਸੀਂ 4 ਗੱਡੀਆਂ ਲੈ ਕੇ ਆਏ ਹਾਂ ਅਤੇ ਹੋਰ ਗੱਡੀਆਂ ਸੱਦ ਲਈਆਂ। ਫੈਕਟਰੀ ਹੈ, ਇਹ ਪਲਾਸਟਿਕ ਦਾ ਹੈ ਕਹਿੰਦੇ ਸਮਾਨ। ਅਜੇ ਮਾਲਕ ਹੀ ਦੱਸਣਗੇ ਕਿੰਨਾ ਨੁਕਸਾਨ, ਨਹੀਂ ਅਜੇ ਕੁਛ ਪਤਾ ਨਹੀਂ।